ਅਜੇ ਤਾਂ ਅੱਜ 11 ਦਿਨ ਹੋ ਗਏ, ਮਤਲਬ ਕਿ ਭੁੱਖ ਹੜਤਾਲ ਨੂੰ ਸ਼ਾਮ 'ਚ ਸਿੰਘਾਂ ਨੂੰ, ਅਜੇ ਤੱਕ ਕੋਈ ਸਰਕਾਰ ਦਾ ਮੈਸੇਜ ਨਹੀਂ ਆਇਆ, ਨਾ ਕੋਈ ਰਿਸਪੋਂਸ ਦਿੱਤਾ ਉਹਨਾਂ ਨੇ ਕਿ ਅਸੀਂ ਕੁਛ ਕਰਾਂਗੇ, ਅਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ। ਰਾਤ ਤੁਸੀਂ ਸ਼ਾਮ ਜਾਂਦੇ ਸੀ ਮਿਲਣ ਵਾਸਤੇ, ਕੀ ਹਾਲਾਤ ਹੈਗੇ ਉੱਥੋਂ ਦੇ ਅੰਦਰ ਦੇ ਜੇਲ੍ਹ ਦੇ? ਭਾਈ ਸਾਹਿਬ ਦੀ ਰਿਕਾਰਡਿੰਗ ਵੀ ਵਾਇਰਲ ਹੋ ਗਈ ਸੀ। ਹਾਂਜੀ, ਗੁਪਤ ਕੈਮਰੇ ਲਗਾਏ ਗਏ ਨੇ। ਹਾਂਜੀ, ਉਹਨਾਂ ਨੇ ਮਤਲਬ ਕਿ ਵਾਸ਼ਰੂਮਾਂ 'ਚ ਗੁਪਤ ਕੈਮਰੇ ਲਗਾਏ ਗਏ, ਇਹ ਰੂਮਾਂ 'ਚ ਵੀ ਲਗਾਏ ਗਏ, ਅਤੇ ਉਹਨਾਂ ਪ੍ਰਸ਼ਾਸਨ ਨੂੰ ਸੱਦ ਕੇ ਕੱਢੇ 27 ਕੈਮਰੇ ਸੀ, ਫਿਰ ਉਹ ਪ੍ਰਸ਼ਾਸਨ ਮੰਗਦਾ ਸੀ ਅਤੇ ਉਹ ਦੇ ਨਹੀਂ ਰਹੇ, ਅਗਲੇ ਦਿਨ ਉਹਨੇ 100-150 ਪ੍ਰਸ਼ਾਸਨ ਵਾਲਾ ਬੁਲਾ ਕੇ ਅਤੇ ਫਿਰ ਮਤਲਬ ਕਿ ਉਹਨਾਂ ਨੇ ਉਹਨਾਂ ਦੀ ਤਲਾਸ਼ੀ ਕੀਤੀ ਰੂਮਾਂ ਦੀ, ਤਾਂ ਕੁਛ ਨਹੀਂ ਮਿਲਿਆ। ਫਿਰ ਇਹਨਾਂ ਨੇ ਆਪਣੇ ਕੋਲੋਂ ਉੱਥੇ ਸਮਾਨ ਰੱਖ ਕੇ, ਇੱਕ ਮਤਲਬ ਬੱਚਿਆਂ ਵਾਲੀ ਘੜੀ ਸੀ ਉਹਨੂੰ ਸਮਾਰਟ ਵਾਚ ਦਾ ਨਾਂ ਦੇ ਤਾ, ਇੱਕ ਮੋਬਾਈਲ ਰੱਖ ਕੇ ਫੋਟੋ ਖਿੱਚ ਕੇ ਅਤੇ ਵਾਇਰਲ ਕਰ ਦਿੱਤੀ ਕਿ ਇਹਨਾਂ ਕੋਲ ਸਮਾਨ ਮਿਲਿਆ, ਜੋ ਕਿ ਅਗਲੇ ਦਿਨ ਉਹਨਾਂ ਦੇ ਜੇਲ੍ਹ ਸੁਪਰੀਡੈਂਟ ਨੇ ਮੰਨਿਆ ਵੀ ਕਿ ਇਹ ਸਮਾਨ ਸਾਡਾ ਸੀ, ਇਹਨਾਂ ਦਾ ਨਹੀਂ ਸੀ। ਮਾਤਾ ਜੀ, ਅੱਜ ਚਿੱਠੀ ਵੀ ਲਿਖੀ ਗਈ ਐਸਜੀਪੀਸੀ ਪ੍ਰਧਾਨ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸੇ ਮੁੱਦੇ ਨੂੰ ਲੈ ਕੇ ਅੱਜ। ਹਾਂਜੀ, ਚਲੋ ਧੰਨਵਾਦ ਕਰਦੇ ਹਾਂ ਅਸੀਂ ਅਕਾਲ ਤਖ਼ਤ ਦੇ ਪ੍ਰਧਾਨ ਦਾ, ਕਿ ਜੇ ਚਿੱਠੀ ਲਿਖੀ ਜਿੰਨੀ ਵੀ ਛੇਤੀ ਮਸਲਾ ਹੱਲ ਹੋ ਸਕਦਾ ਚੰਗਾ, ਕਿਉਂਕਿ ਸਾਨੂੰ ਉਹਨਾਂ ਦੀ ਜਾਣਦਾ ਆ ਕਿ ਉਹ ਅੱਜ 11ਵੇਂ ਦਿਨ 'ਚ 2-3 ਸਿੰਘ ਜ਼ਿਆਦਾ ਸੀਰੀਅਸ ਆ, ਬਸੰਤ ਸਿੰਘ, ਹਰਜੀਤ ਸਿੰਘ ਅਤੇ ਕੁਲਵੰਤ ਸਿੰਘ, ਉਹ ਤਾਂ ਵੀਲ ਚੇਅਰ 'ਤੇ ਉਹਨਾਂ ਨੂੰ ਜਾ ਰਹੇ ਆ, ਬਾਥਰੂਮ ਤੱਕ ਵੀ ਤੁਰ ਕੇ ਨਹੀਂ ਜਾ ਸਕਦੇ। ਮਤਲਬ ਅੱਜ ਪੂਰਾ 3-4 ਦਿਨ ਤੁਹਾਨੂੰ ਹੋ ਗਏ ਭੁੱਖ ਹੜਤਾਲ 'ਤੇ ਬੈਠੇ, ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਕੋਈ ਸਰਕਾਰ ਦਾ ਨੁਮਾਇੰਦਾ ਤੁਹਾਨੂੰ ਮਿਲਣ ਜਾਂ ਕੋਈ ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ ਕਿਸੇ ਨਾਲ? ਨਾ, ਅਜੇ ਸਾਡੀ ਕਿਸੇ ਨਾਲ ਗੱਲਬਾਤ ਨਹੀਂ ਹੋਈ, ਮੀਟਿੰਗ ਰੱਖੀ ਸੀ ਉਹਨਾਂ ਨੇ ਅਤੇ ਉਹ ਤਾਂ ਜਿੱਦਾਂ ਸਾਨੂੰ ਮਖੌਲ ਜਿਹਾ ਹੀ ਕੀਤਾ ਸੀ ਅਤੇ ਉਹ ਕੋਈ ਉਹਦਾ ਸਿੱਟਾ ਨਹੀਂ ਨਿਕਲਿਆ। 5 ਦਿਨ ਹੋ ਗਿਆ ਸਾਨੂੰ ਵੀ ਭੁੱਖ ਹੜਤਾਲ 'ਤੇ, ਜਿੰਨੇ ਵੀ NS ਵਾਲਿਆਂ ਦੇ ਮਾਂ ਪਿਓ ਨੂੰ, ਕੋਈ ਨਹੀਂ ਅਜੇ ਰਿਸਪੋਂਸ ਆਇਆ। ਭੁੱਖ ਹੜਤਾਲ ਜਾਰੀ ਰਹੂਗੀ ਇਸੀ ਤਰ੍ਹਾਂ? ਹਾਂਜੀ, ਉਹਨਾਂ ਚਿਰ ਜਾਰੀ ਰਹੂਗੀ ਜਿੰਨਾ ਚਿਰ ਸਾਡੇ ਬੱਚਿਆਂ ਨੂੰ ਇੱਧਰ ਤਬਦੀਲ ਨਹੀਂ ਕਰਦੇ। ਇੱਕ ਹੀ ਸਾਡੀ ਮੰਗ ਆ, ਜੇਲ੍ਹ ਤਬਦੀਲ ਦੀ ਆ, ਉਹ ਹੀ ਨਹੀਂ ਇਹ ਸਾਡਾ ਕੰਮ ਕਰਨ ਡੇ ਪੂਰਾ, ਅਤੇ ਜੇ ਸਾਡੇ ਬੱਚੇ ਭੁੱਖ ਹੜਤਾਲ 'ਤੇ, ਅਸੀਂ ਵੀ ਉਨੀ ਦੇਰ ਜਾਰੀ ਰੱਖਾਂਗੇ। ਭਾਈ ਸਾਹਿਬ ਨੇ ਕੋਈ ਗੱਲਬਾਤ ਹੋਈ ਤੁਹਾਡੀ ਕੋਈ? ਹਾਂਜੀ, ਹੋਈ ਸੀ ਕੱਲ੍ਹ ਚੜ੍ਹਦੀ ਕਲਾ 'ਚ, ਉਹ ਸਰੀਰਕ ਕਮਜ਼ੋਰੀ ਜ਼ਰੂਰ ਆ ਲੇਕਿਨ ਮਾਨਸਿਕ ਤੌਰ 'ਤੇ ਚੜ੍ਹਦੀ ਕਲਾ 'ਚ। ਜਿਹੜੇ ਉਹਨਾਂ ਦੇ ਨਾਲ ਸਿੰਘ ਹੈਗੇ ਉਹ ਬਿਮਾਰ ਹੋਏ ਪਏ? ਹਾਂਜੀ, 3 ਸਿੰਘ ਜ਼ਿਆਦਾ ਥੋੜ੍ਹੇ ਸੀਰੀਅਸ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਮਿਸਿਸ ਦਲਜੀਤ ਕੱਲ ਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਮਿਸਿਸ ਦਲਜੀਤ ਕੱਲ ਸੀ, ਹੁਣੇ ਡਿਬਰੂਗੜ੍ਹ ਆਸਾਮ ਤੋਂ ਹੋ ਕੇ ਆਈ ਹਾਂ। ਫਰਾਈਡੇ ਨੂੰ ਜਿਹੜਾ ਇੰਸੀਡੈਂਟ ਹੋਇਆ ਹੈ ਸਾਰਿਆਂ ਨੂੰ ਪਤਾ ਹੀ ਹੈ, ਜਿੱਦਾਂ ਭਾਈ ਸਾਹਿਬ ਦੇ ਬੈਰਕ ਔਰ ਬਾਥਰੂਮਾਂ ਵਿੱਚੋਂ ਕੈਮਰੇ ਫੜੇ ਗਏ ਆ। ਉਹਨਾਂ ਨੂੰ ਸ਼ਾਮ ਨੂੰ ਉਹਨਾਂ ਨੇ ਚੈੱਕ ਕੀਤਾ, ਉਹਨਾਂ ਦੇ ਕਮਰੇ 'ਚ ਕੁਛ ਲਾਈਟ ਨਹੀਂ ਚੱਲ ਰਹੀ ਸੀ, ਜਦ ਉਹ ਖੋਲ੍ਹਿਆ ਚੈੱਕ ਕੀਤਾ ਤਾਂ ਉਹਦੇ ਵਿੱਚ ਸਪਾਈ ਕੈਮਰਾ ਲੱਗੇ, ਉਹਨਾਂ ਨੇ ਬਾਥਰੂਮ ਚੈੱਕ ਕੀਤਾ ਉਧਰੋਂ ਵੀ ਸਪਾਈ ਕੈਮਰਾ ਫੜਿਆ ਗਿਆ। ਉਹਨਾਂ ਨੇ ਜੇਲ੍ਹ ਤੋਂ ਸੁਪਰੀਟੈਂਡੈਂਟ ਨੂੰ ਔਰ DC ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਕੈਮਰੇ ਉਤਰਵਾਏ ਕਿ ਉਹ ਸਪਾਈ ਕੈਮਰੇ ਲੱਗੇ, ਉਹ ਤੋਂ ਉਹ ਕਹਿੰਦੇ ਸਾਡੀ ਤਾਂ ਨੌਲੇਜ ਵਿੱਚ ਹੀ ਨਹੀਂ ਹੈ। ਉਸੇ ਟਾਈਮ ਸਾਰੇ ਸਿੰਘਾਂ ਨੇ DC ਸਰ ਨੂੰ, ਇਹ ਦੇਖੋ ਤਰੀਕ ਲਿਖੀ ਹੋਈ ਹੈ 16 ਤਰੀਕ, ਇੱਕ ਲੈਟਰ ਲਿਖਿਆ ਹੈ ਕਿ ਅਸੀਂ ਸਾਡੇ ਬੈਰਕ ਵਿੱਚੋਂ ਕੈਮਰਾ ਲਿਖੇ ਸਪਾਈ ਕੈਮਰਾ ਮਿਲੇ ਹੈ ਬਾਥਰੂਮਾਂ ਵਿੱਚੋਂ, ਜਿਹਦੇ ਵਿੱਚ ਉਹਨਾਂ ਦੇ ਕੈਮਰਾ ਦੇ ਵਿਦ ਸੀਰੀਅਲ ਨੰਬਰ ਤੱਕ ਲਿਖੇ ਹੋਏ ਆ, ਜਿਹੜੇ DC ਸਾਹਿਬ ਨੂੰ ਭੇਜਿਆ ਗਿਆ ਸਾਰੇ ਸਿੰਘਾਂ ਦੀ ਤਰਫੋਂ। ਇਸ ਲੈਟਰ ਦਾ ਕਿਤੇ ਕੋਈ ਜ਼ਿਕਰ ਨਹੀਂ। ਇਸ ਜਦ ਕੈਮਰੇ ਫੜੇ ਗਏ ਆ, ਇਸ ਨੂੰ ਕਾਊਂਟਰ ਕਰਨ ਵਾਸਤੇ ਨੈਕਸਟ ਡੇ ਆਸਾਮ ਤੋਂ ਉਹਨਾਂ ਨੇ ਇੱਕ ਟਵੀਟ ਕਰਤਾ ਕਿ ਜੀ ਇਹਨਾਂ ਦੀ ਕਮਰੇ ਦੀ ਤਲਾਸ਼ੀ ਲਈ ਗਈ, ਜਿਹਦੇ ਵਿੱਚ ਉਹ ਛੋਟੀ ਜਿਹੀ ਬੱਚਿਆਂ ਦੀ ਕਿਹੜੀ ਘੜੀ ਹੈ ਉਹਨੂੰ ਸਮਾਰਟ ਵਾਚ ਦੱਸਤਾ, ਕੁਛ ਫੋਨ ਫੜੇ ਜਿਹੜੇ ਉਹਨਾਂ ਨੇ ਖੁਦ ਹੀ ਪਲਾਂਟ ਕੀਤੇ, ਕਿਉਂਕਿ ਉਹਨਾਂ ਦੀ ਪੋਲ ਖੁੱਲ ਗਈ ਸੀ ਕਿ ਉਹਨਾਂ ਨੇ ਕੈਮਰੇ ਲਗਾਏ ਆ ਤਾਂ ਉਹਨੂੰ ਕਿੱਦਾਂ ਕਾਊਂਟਰ ਕਰਨਗੇ। ਉਹਨੂੰ ਕਾਊਂਟਰ ਕਰਨ ਵਾਸਤੇ ਉਹਨਾਂ ਨੇ ਨਵੇਂ ਐਵੀਡੈਂਸ, ਇਹਦਾ ਉਸਨੇ ਆਸਾਮ ਨੇ ਕਿਸੇ ਨੇ ਚਿੱਠੀ ਨੇ ਜ਼ਿਕਰ ਕੀਤਾ ਜਿਹੜੀ DC ਸਾਹਿਬ ਨੂੰ ਲਿਖੀ ਗਈ ਹੈ। ਮੈਂ ਜੇਲ੍ਹ ਪ੍ਰਸ਼ਾਸਨ ਤੋਂ ਲੈ ਕੇ ਆਈ ਹਾਂ, ਇੱਥੇ ਉਹਨਾਂ ਦੀ ਸਟੈਂਪ ਵੀ ਲੱਗੀ ਹੋਈ ਹੈ ਜੇਲ੍ਹ ਦੀ, ਸੈਂਟਰਲ ਜੇਲ੍ਹ ਦੀ। ਇਹ ਉਹਨਾਂ ਇੱਕ ਮਨੁੱਖੀ ਅਧਿਕਾਰ ਹੁੰਦੇ ਆ, ਤੁਸੀਂ ਕਿਸੇ ਦੇ
ਬੈਰਕ ਦੇ ਬਾਹਰ ਲੱਗੇ ਹੋਏ ਆ, ਲੇਕਿਨ ਬੈਰਕ ਦੇ ਅੰਦਰ ਔਰ ਬਾਥਰੂਮਾਂ 'ਚ ਕੈਮਰੇ ਲਗਾਉਣ ਦਾ ਕੀ ਮਤਲਬ ਹੈ? ਜਦੋਂ ਜਿੱਦਾਂ ਹੀ ਸਿੰਘਾਂ ਨੂੰ ਪਤਾ ਚੱਲਿਆ ਕਿ ਕੈਮਰੇ ਲੱਗੇ ਹੋਏ ਆ, ਸਫਾਈ ਕੈਮਰੇ ਉਹਨਾਂ ਨੇ ਲਾਏ ਆ, ਉਹਦੇ ਬਾਅਦ ਸ਼ਾਮ ਤੋਂ ਹੀ ਸਾਰੇ ਸਿੰਘਾਂ ਨੇ ਭੁੱਖ ਹੜਤਾਲ ਕਰਤੀ ਸ਼ੁਰੂ ਕਿ ਸਾਨੂੰ ਹੁਣ ਇੱਥੇ ਸੇਫ ਨਹੀਂ ਹੈ, ਕਿਉਂਕਿ ਜੇਲ੍ਹ ਪ੍ਰਸ਼ਾਸਨ ਕਹਿ ਰਿਹਾ ਕਿ ਸਾਡੀ ਨੌਲੇਜ ਵਿੱਚ ਨਹੀਂ ਹੈ ਕਿ ਕੈਮਰੇ ਇਹ ਕਿੰਨੇ ਲਾਏ ਆ। ਜਦ ਜੇਲ੍ਹ ਪ੍ਰਸ਼ਾਸਨ ਨੂੰ ਨਹੀਂ ਪਤਾ ਕੈਮਰੇ ਕਿੱਥੇ ਲੱਗੇ, ਤਾਂ ਉਹਨਾਂ ਦੇ ਸਿੰਘਾਂ ਦੇ ਖਾਣੇ ਵਿੱਚ ਕਿਸੇ ਵੀ ਚੀਜ਼ ਮਿਲਾ ਕੇ ਕੋਈ ਵੀ ਚੀਜ਼ ਕੁਛ ਵੀ ਦੇ ਸਕਦੇ, ਸਾਡੇ ਸਿੰਘਾਂ ਦਾ ਨੁਕਸਾਨ ਹੋ ਸਕਦਾ। ਉਹਨਾਂ ਨੇ ਕੀ ਮੰਗ ਕੀ? ਹੁਣ ਅੱਜ ਦੇਖ ਲਓ 11 ਦਿਨ ਹੋ ਗਏ ਪਿਛਲੇ ਸ਼ੁੱਕਰਵਾਰ ਤੋਂ ਸਿੰਘ ਭੁੱਖ ਹੜਤਾਲ 'ਤੇ ਨੇ, ਅਤੇ ਚਾਚਾ ਜੀ ਦੀ ਔਰ ਬਸੰਤ ਸਿੰਘ ਭਾਜੀ ਰਾਓ ਕੇ ਭਾਈ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ। ਕਿਸੇ ਵੀ ਟਾਈਮ ਕਿਸੇ ਵੀ ਸਿੰਘ ਨੂੰ ਕੁਛ ਵੀ ਹੋ ਸਕਦਾ, ਕਿਉਂਕਿ ਉਹ ਜਲ ਵੀ ਨਹੀਂ ਛੱਕ ਰਹੇ, ਲੇਕਿਨ ਪ੍ਰਸ਼ਾਸਨ ਉਹ ਕਹਿੰਦਾ ਹੈ ਕਿ ਕੋਈ ਗੱਲ ਨਹੀਂ। ਇਸ ਉਹਨਾਂ ਦੇ ਸਿੰਘਾਂ ਨੇ ਕੀ ਮੰਗ ਕੀਤੀ? ਉਹ ਸਿਰਫ ਇੱਕ ਮੰਗ 'ਤੇ ਕਹਿ ਰਹੇ ਅੜੇ ਕਿ NSA ਖਤਮ ਹੋਣ ਵਾਲੀ ਹੈ 18 ਮਾਰਚ ਨੂੰ, ਹੁਣ 2-3 ਹਫ਼ਤੇ ਰਹਿ ਗਏ ਆ, ਅਸੀਂ ਉੱਥੇ ਸੇਫ ਫੀਲ ਨਹੀਂ ਕਰਦੇ, ਸਾਨੂੰ ਪੰਜਾਬ ਦੀ ਜੇਲ੍ਹਾਂ ਵਿੱਚ ਲਿਆਓ, ਜਦ ਤੁਸੀਂ ਇੱਥੇ ਲੈ ਕੇ ਆਓਗੇ ਉਦੋਂ ਹੀ ਉਹਨਾਂ ਦੀ ਭੁੱਖ ਹੜਤਾਲ ਟੁੱਟਣੀ ਹੈ। ਅੱਜ ਤੋਂ ਪਹਿਲਾਂ ਵੀ NSA ਵਿੱਚ ਸਿੰਘ ਪੰਜਾਬ ਵਿੱਚ ਫੜੇ ਗਏ ਨਾ, ਉਹਨਾਂ ਨੂੰ ਪੰਜਾਬ ਦੀ ਜੇਲ੍ਹਾਂ ਵਿੱਚ ਹੀ ਰੱਖਿਆ ਗਿਆ। ਇਹਨਾਂ ਸਿੰਘਾਂ ਨੂੰ ਇੱਥੋਂ 2,500 ਕਿਲੋਮੀਟਰ ਦੂਰ ਲਿਜਾ ਕੇ ਉੱਥੇ ਕਿਉਂ ਰੱਖਿਆ ਗਿਆ? ਡਾਕਟਰ ਜਸਵਿੰਦਰ ਕੌਰ ਸੋਹਲ, ਹਿਊਮਨ ਰਾਈਟ ਕਮਿਸ਼ਨ, ਵੁਮਨ ਸਵਿੰਗ ਪੰਜਾਬ ਪ੍ਰਧਾਨ। ਦੇਖੋ ਜੀ, ਸਭ ਤੋਂ ਪਹਿਲੀ ਗੱਲ ਹੈ ਕਿ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦਾ ਜੋ ਇਸ ਵਕਤ ਇਹ ਮਸਲਾ ਚੱਲ ਰਿਹਾ, ਬਹੁਤ ਵੱਡੀ ਮਨੁੱਖੀ ਅਧਿਕਾਰਾਂ ਦੀ ਕਾਨ ਹੈ, ਅਤੇ ਹਿਊਮਨ ਰਾਈਟ ਕਮਿਸ਼ਨ ਵੱਲੋਂ ਅੱਜ ਅਸੀਂ ਇਹਨਾਂ ਦੇ ਦੁੱਖ ਦੇ ਵਿੱਚ ਇਹਨਾਂ ਦੇ ਨਾਲ ਇੱਥੇ ਹਾਜ਼ਰ ਹਾਂ। ਮੈਨੂੰ ਲੱਗਦਾ ਕਿ ਇਸ ਮਸਲੇ ਨੂੰ ਸਿਰਫ ਇੱਕ ਸਿੱਖਾਂ ਦੇ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ, ਕਿਉਂਕਿ ਇਹ ਇੱਕ ਇਨਸਾਨੀਅਤ ਦਾ ਮਸਲਾ ਵੀ ਹੈ ਔਰ ਮਨੁੱਖੀ ਹੱਕਾਂ ਦਾ ਮਸਲਾ ਵੀ ਹੈ। ਕਿਉਂਕਿ ਇਹਨਾਂ ਦੀ ਜੋ ਮਾਪਿਆਂ ਦੀ ਮੰਗ ਹੈ ਕਿ ਅਸਾਮ ਜੇਲ੍ਹ ਦੇ ਵਿੱਚ ਜੋ ਸਾਡੇ ਸਿੰਘ ਬੈਠੇ ਨੇ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਤਬਦੀਲ ਕੀਤਾ ਜਾਵੇ, ਔਰ ਮੈਨੂੰ ਲੱਗਦਾ ਕਿ ਇਹਨਾਂ ਦੀ ਮੰਗ ਬਿਲਕੁਲ ਜਾਇਜ਼ ਵੀ ਹੈ, ਕਿਉਂਕਿ ਜਿਵੇਂ ਇਹਨਾਂ ਨੇ ਉੱਥੇ ਦੱਸਿਆ ਕਿ ਜੇਲ੍ਹ ਦੇ ਵਿੱਚ ਜੋ ਹੈ ਕੈਮਰੇ ਲੱਗੇ ਨੇ, ਔਰ ਜਦੋਂ ਇਹਨਾਂ ਨੇ ਜੇਲ੍ਹ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਤਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਸਾਫ਼ ਕਿਹਾ ਗਿਆ ਕਿ ਸਾਡੀ ਨੌਲੇਜ ਦੇ ਵਿੱਚ ਵੀ ਨਹੀਂ ਹੈ ਕਿ ਇੱਥੇ ਕੈਮਰੇ ਲਗਾਏ ਗਏ ਨੇ। ਅਤੇ ਜੇਕਰ ਅਗਰ ਜੇਲ੍ਹ ਪ੍ਰਸ਼ਾਸਨ ਦੀ ਨੌਲੇਜ 'ਚ ਇਹ ਨਹੀਂ ਹੈਗਾ ਕਿ ਕੈਮਰੇ ਲੱਗੇ, ਅਗਰ ਕੱਲ੍ਹ ਉੱਥੇ ਉਹਨਾਂ ਦੇ ਨਾਲ ਕੁਝ ਵੀ ਅਭਿਨਵੀ ਹੁੰਦੀ ਹੈ ਜਾਂ ਕੋਈ ਇਸ ਤਰ੍ਹਾਂ ਦੀ ਮਿਸਹੈਪਨਿੰਗ ਹੋ ਜਾਂਦੀ ਹੈ ਤਾਂ ਕੀ ਜੇਲ੍ਹ ਪ੍ਰਸ਼ਾਸਨ ਜ਼ਿੰਮੇਵਾਰ ਨਹੀਂ ਹੈ? ਸਭ ਤੋਂ ਪਹਿਲੇ ਤਾਂ ਇੱਥੇ ਗੱਲ ਹੈਗੀ ਜੀ ਸਟੇਟ ਗਵਰਨਮੈਂਟ ਦੀ, ਕਿ ਪਹਿਲੇ ਤਾਂ NSA ਲਗਾ ਕੇ ਇਹਨਾਂ ਬੱਚਿਆਂ ਨੂੰ ਤੁਸੀਂ ਆਸਾਮ ਭੇਜ ਦਿੰਦੇ ਹੋ, ਔਰ ਅੱਜ ਜਦ ਅਗਰ ਸੈਂਟਰ ਨਾਲ ਗੱਲ ਕੀਤੀ ਜਾਵੇਗੀ ਤਾਂ ਸੈਂਟਰ ਦਾ ਪਹਿਲਾਂ ਹੀ ਇਹ ਗੱਲ ਹੋਣੀ ਹੈ, ਉਹਨਾਂ ਦੀ ਐਕਸਕਿਊਜ਼ ਹੋਣੀ ਹੈ ਕਿ ਸੂਬਾ ਸਰਕਾਰ ਵੱਲੋਂ ਲਿਖਤੀ ਦਿੱਤਾ ਜਾਵੇ ਕਿ ਇਹਨਾਂ ਨੂੰ ਇੱਧਰ ਤਬਦੀਲ ਕੀਤਾ ਜਾਵੇ। ਤਾਂ ਇੱਥੇ ਭਗਵੰਤ ਮਾਨ ਜੀ, ਜਿਨ੍ਹਾਂ ਨੇ ਪਹਿਲੇ 1 ਮਹੀਨਾ ਪਹਿਲੇ ਜੇਲ੍ਹਾਂ ਸਾਫ਼ ਕਰਵਾਤੀਆਂ ਸੀ ਆਸਾਮ ਦੀਆਂ, ਅੱਜ ਅਗਰ ਉਹ ਬੱਚੇ ਜੇਲ੍ਹਾਂ ਦੇ ਵਿੱਚ ਕੋਈ ਉਹਨਾਂ ਪ੍ਰੋਬਲਮਸ 'ਚ ਨੇ ਅਤੇ ਅੱਜ CM ਦੀ ਡਿਊਟੀ ਬਣਦੀ ਹੈ ਕਿ ਅੱਜ CM ਲਿਖ ਕੇ ਦੇਵੇ ਮੂਹਰੇ ਲੱਗ ਕੇ ਕਿ ਪੰਜਾਬ ਦੇ ਬੱਚੇ ਪੰਜਾਬ ਦੇ ਵਿੱਚ ਤਬਦੀਲ ਕੀਤੇ ਜਾਣ। ਦੂਸਰੀ ਗੱਲ, ਜਦ ਇਹਨਾਂ ਨੂੰ ਕੱਲ੍ਹ ਬਾਪੂ ਜੀ ਨੂੰ ਪਰਸੋਂ ਦੀ ਗੱਲ ਹੈ ਬੁਲਾਇਆ ਗਿਆ CM ਸਾਹਿਬ ਵੱਲੋਂ ਕਿ ਅਸੀਂ ਸੈਕਟਰੀ ਸਾਹਿਬ ਨਾਲ ਮੀਟਿੰਗ ਰੱਖਣੀ ਹੈ, ਇਹਨਾਂ ਨੂੰ ਬੁਲਾ ਕੇ ਉੱਥੇ ਮਜ਼ਾਕ ਕੀਤਾ ਗਿਆ, ਉਸ ਤੋਂ ਬਾਅਦ ਨਾ CM ਮਿਲੇ ਹੈ ਨਾ ਸੈਕਟਰੀ ਮਿਲੇ ਨੇ, ਜੋ ਕਿ ਇੱਥੇ ਬਹੁਤ ਵੱਡੀ ਜਿਹੜੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਉਸਨੂੰ ਰੋਕਣਾ ਪਵੇਗਾ। ਅੱਜ ਇੱਥੇ ਭਾਈ ਕਨਵਰ ਚੜ੍ਹਤ ਸਿੰਘ ਜੀ ਵੀ ਬੈਠੇ ਹੋਏ ਆ, ਮੈਂ ਇਹਨਾਂ ਦੇ ਵਿਚਾਰ ਸੁਣ ਰਹੀ ਸੀ। ਦੇਖੋ, ਸਿੱਖਾਂ ਦੇ ਵਿੱਚ ਇੱਕ ਬਾਗੀ ਸੁਰ ਪੈਦਾ ਕਰਨ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਪੂਰੇ ਦੇਸ਼ ਭਰ ਦੇ ਵਿੱਚ, ਉਹ ਨਹੀਂ ਹੋਣੀ ਚਾਹੀਦੀ। ਸਿੱਖ ਵੀ ਇਸ ਦੇਸ਼ ਦਾ ਹਿੱਸਾ ਹੈਗੇ ਆ, ਸਿੱਖਾਂ ਦਾ ਵੀ ਜੋ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਬਹੁਤ ਵੱਡਾ ਯੋਗਦਾਨ ਹੈ ਇਸ ਦੇਸ਼ ਦੇ ਲਈ, ਇਹ ਸਮਝਣਾ ਪਏਗਾ ਹਕੂਮਤਾਂ ਨੂੰ। ਔਰ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਗੱਲ ਆ, ਕਿਉਂਕਿ ਮੈਨੂੰ ਲੱਗਦਾ ਹੈ ਕੱਲ੍ਹ ਮੈਂ ਜਿੰਨੇ ਕੁ ਵੀ ਇੱਥੇ ਲੋਕਾਂ ਨਾਲ ਮਿਲੀ, ਜਿਹੜੇ ਮਾਪਿਓ ਇੱਥੇ ਬੈਠੇ ਹੋਏ ਸੀ, ਉਹਨਾਂ ਇੱਕ ਇੱਕ ਜਾਣਿਆਂ ਨੇ ਇਹ ਦੱਸਿਆ ਕਿ ਅੰਮ੍ਰਿਤਪਾਲ ਨੇ ਕੀ ਗੁਨਾਹ ਕੀਤਾ। ਸਾਡੇ ਬੱਚੇ ਜੇ ਕੋਈ ਨਸ਼ੇ 'ਚ ਸੀ ਤਾਂ ਸਿੱਧੇ ਰਾਹ ਤੋਰੇ, ਜਿਹੜੇ ਸਿੱਖੀ ਦੇ ਬਾਰੇ ਜਾਣਦੇ ਨਹੀਂ ਸੀ ਉਹਨਾਂ ਨੂੰ ਸਿੱਖੀ ਸੰਚਾਰ ਕਰਵਾਇਆ, ਅੰਮ੍ਰਿਤ ਸੰਚਾਰ ਕਰਵਾਇਆ, ਸਿੱਖੀ ਸਰੂਪ ਧਾਰਨ ਕਰਵਾਏ, ਤਾਂ ਜਿੱਥੇ ਅਗਰ ਉਹਨੇ ਪ੍ਰਚਾਰ ਕੀਤਾ ਉਹਨੇ ਕੋਈ ਪਾਪ ਨਹੀਂ ਸੀ ਕੀਤਾ, ਪਰ ਫਿਰ ਵੀ NSA ਲਗਾ ਕੇ ਅੰਦਰ ਕਰ ਦੇਣਾ, ਅੱਜ ਉੱਥੇ ਉਹ ਜਿਹੜੇ ਤਸ਼ੱਦਦ ਢਾਏ ਜਾਣੇ। ਇੱਥੇ ਬਹੁਤ ਸਾਰੇ ਐਸੇ ਸਿੰਘਾਂ ਨੂੰ ਮੈਂ ਮਿਲੀ ਜਿਨ੍ਹਾਂ 'ਤੇ ਬਹੁਤ ਜ਼ੁਲਮ ਹੋਏ ਇਸ ਕਰਕੇ ਕਿ ਅੰਮ੍ਰਿਤਪਾਲ ਕੋਲੋਂ ਤੁਸੀਂ ਅੰਮ੍ਰਿਤ ਕਿਉਂ ਛਕਿਆ, ਜਾਂ ਅੰਮ੍ਰਿਤਪਾਲ ਨੂੰ ਤੁਸੀਂ ਕਿਉਂ ਮਿਲੇ,
ਇੱਥੇ ਕੋਈ ਗਵਾਲੀਅਰ ਤੋਂ ਵੀ ਕੋਈ ਇੱਥੇ ਬੈਠੇ ਹੋਏ ਸੀ ਜਿਨ੍ਹਾਂ 'ਤੇ ਬਹੁਤ ਤਸ਼ੱਦਦ ਟਾਏ ਗਏ। ਸੋ ਮੈਂ ਇਹ ਕਹਿਣਾ ਚਾਹਾਂਗੀ ਕਿ ਮਨੁੱਖੀ ਅਧਿਕਾਰ ਸੰਗਠਨ ਵੱਲੋਂ, ਹਿਊਮਨ ਰਾਈਟ ਕਮਿਸ਼ਨ ਵੱਲੋਂ ਅਸੀਂ ਇਹਨਾਂ ਦੇ ਨਾਲ ਹਾਂ ਅਤੇ ਸਾਨੂੰ ਹੋਰ ਵੀ ਜੋ ਅੱਗੇ ਫਰਦਰ ਕਾਨੂੰਨੀ ਕਾਰਵਾਈ ਕਰਨੀ ਪਏਗੀ ਅਸੀਂ ਕਰਾਂਗੇ। ਬਿਲਕੁਲ ਜੀ, ਅਸੀਂ ਮੈਂ ਆਪਣੇ ਲੋਇਰ ਨਾਲ ਗੱਲ ਕੀਤੀ ਹੈ। ਅਸੀਂ ਸਿਰਫ ਇਹ ਭਾਈ ਅੰਮ੍ਰਿਤਪਾਲ ਦੀ ਹੀ ਗੱਲ ਨਹੀਂ, ਜਿੱਥੇ ਵੀ ਅਗਰ ਮਨੁੱਖੀ ਕਾਂਡ ਹੁੰਦੇ ਆ ਅਸੀਂ ਮਨੁੱਖੀ ਅਧਿਕਾਰਾਂ ਦੇ ਬਾਰੇ ਗੱਲ ਕਰਾਂਗੇ, ਚਾਹੇ ਕੋਈ ਵੀ ਹੋਵੇ। SGPC ਦੇ ਵੱਲੋਂ ਪੂਰਾ ਸਮਰਥਨ ਕੀਤਾ ਜਾ ਰਿਹਾ ਜੀ? ਬਿਲਕੁਲ, SGPC ਵੱਲੋਂ ਵੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਵੀ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਵੱਲੋਂ ਕੋਈ ਪਾਪ ਨਹੀਂ ਕੀਤਾ ਗਿਆ ਹੈ ਔਰ ਉਸਦਾ ਸਾਥ ਦਏਗਾ। SGPC ਵੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਵੀ ਇਹਨਾਂ ਦੇ ਨਾਲ ਹੈ ਜੀ। ਠੀਕ ਹੈ ਜੀ।